ਤਾਂ ਰਾਏਪੁਰ ਛੱਤੀਸਗੜ੍ਹ ਦੇ ਵਿੱਚ ਡਾਕਟਰ ਸੁਭਾਸ਼ ਚੰਦਰਾ ਰਾਜ ਸਭਾ ਮੈਂਬਰ ਕਾਰੋਬਾਰੀਆਂ ਦੇ ਮੁਖਾਤਬ ਹੋ ਰਹੇ ਸਨ ਉਹਨਾਂ ਦੀਆਂ ਜਿਹੜੇ ਸਵਾਲਾਂ ਦੇ ਜਵਾਬ ਵੀ ਉਹਨਾਂ ਵੱਲੋਂ ਦਿੱਤੇ ਜਾ ਰਹੇ ਨੇ ਅੱਗੇ ਵਧਦਿਆਂ ਤੇ ਹੁਣ ਇੱਕ ਵਾਰ ਫਿਰ ਤੋਂ ਪੰਜਾਬ ਦਾ ਰੁਖ ਕਰਾਂਗੇ ਖਬਰ ਗੁਰਦਾਸਪੁਰ ਤੋਂ ਹੈ ਗੁਰਦਾਸਪੁਰ ਦੇ ਵਿੱਚ ਅੱਜ ਕਾਂਗਰਸ ਦੇ ਵੱਲੋਂ ਧਰਨਾ ਲਗਾਇਆ ਗਿਆ ਕਿਸਾਨੀ ਮੁੱਦਿਆਂ ਨੂੰ ਲੈ ਕੇ ਕਾਂਗਰਸ ਦੇ ਵੱਲੋਂ ਧਰਨਾ ਦਿੱਤਾ ਗਿਆ ਕੈਪਟਨ ਅਮਰਿੰਦਰ ਸਿੰਘ ਅੰਬਿਕਾ ਸੋਨੀ ਤੇ ਰਜਿੰਦਰ ਕੌਰ ਭੱਠਲ ਸਣੇ ਕਈ ਵੱਡੇ ਜਿਹੜੇ ਕਾਂਗਰਸੀ ਆਗੂ ਨੇ ਇੱਥੇ ਪਹੁੰਚੇ ਹੋਏ ਸਨ ਕਿਸਾਨਾਂ ਦੇ ਕਰਜ਼ਾ ਮੁਆਫ਼ੀ ਨੂੰ ਲੈ ਕੇ ਕਾਂਗਰਸ ਵੱਲੋਂ ਨਵਾਂ ਨਾਰਾ ਦਿੱਤਾ ਗਿਆ ਕਿਸਾਨਾਂ ਨਾਲ ਇਨਸਾਫ਼ ਕਰੋ ਕਿਸਾਨਾਂ ਦਾ ਕਰਜ਼ਾ ਮਾਫ਼ ਕਰੋ ਇਹ ਕਾਂਗਰਸ ਦੇ ਵੱਲੋਂ ਨਾਰਾ ਦਿੱਤਾ ਗਿਆ ਤਾਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਸਰਗਰਮ ਨਜ਼ਰ ਆ ਰਹੀ ਹੈ ਗੁਰਦਾਸਪੁਰ ਦੇ ਵਿੱਚ ਜਿਹੜੇ ਸਾਰੇ ਆਗੂ ਕਾਂਗਰਸ ਦੇ ਸੀਨੀਅਰ ਆਗੂ ਅੱਜ ਇੱਕੋ ਸਟੇਜ 'ਤੇ ਨਜ਼ਰ ਆਏ ਉਹਨਾਂ ਦੇ ਵਿੱਚ ਅੰਬਿਕਾ ਸੋਨੀ ਦਾ ਨਾਮ ਸ਼ਾਮਿਲ ਹੈ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਸ਼ਾਮਿਲ ਹੈ ਹੋਰ ਵੀ ਕਈ ਜਿਹੜੇ ਵੱਡੇ ਆਗੂ ਕਾਂਗਰਸ ਦੇ ਅੱਜ ਗੁਰਦਾਸਪੁਰ ਦੇ ਵਿੱਚ ਨਜ਼ਰ ਆਏ ਪ੍ਰੋਟੈਸਟ ਜਿਹੜਾ ਇਹ ਸਮੁੱਚੀ ਕਾਂਗਰਸ ਨੇ 57,000 ਕਰੋੜ ਰੁਪਏ ਦੇ ਕਰਜ਼ੇ ਨੇ ਕਿਸਾਨਾਂ ਦੇ ਉਹਨਾਂ ਦੀ ਮੁਆਫ਼ੀ ਦੀ ਲਹਿਰ ਅਸੀਂ ਸਾਰੇ ਹਿੰਦੁਸਤਾਨ 'ਚ ਲਾ ਰਹੇ ਇਹ ਸਾਰੇ ਜ਼ਿਲ੍ਹਿਆਂ ਜਾ ਰਹੇ ਹਾਂ ਸਾਰੇ ਪਾਰਲੀਮੈਂਟ ਹਲਕਿਆਂ ਜਾ ਕੇ ਫਿਰ ਦਿੱਲੀ ਵਿੱਚ ਅੱਗੇ ਵੱਧਦਿਆਂ ਬੇਦਬੀ ਦੀਆਂ ਲਗਾਤਾਰ ਹੋ ਰਹੀਆਂ ਘਟਨਾਵਾਂ ਨੂੰ ਲੈ ਕੇ SGPC ਗੰਭੀਰ ਨਜ਼ਰ ਆ ਰਹੀ ਹੈ ਅਤੇ ਇਸ ਲਈ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਕਿ ਗੁਟਕਾ ਸਾਹਿਬ ਅਤੇ ਪੋਥੀਆਂ ਦੀ ਪ੍ਰਿੰਟਿੰਗ ਦਾ ਅਧਿਕਾਰ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੀ ਹੋਵੇਗਾ ਜੇਕਰ ਕੋਈ ਹੋਰ ਜਥੇਬੰਦੀ ਕੋਈ ਹੋਰ ਸੰਸਥਾ ਛਪਾਈ ਕਰਵਾਉਣਾ ਚਾਹੁੰਦੀ ਹੈ ਤਾਂ ਉਸ ਸੰਸਥਾ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਹਿਲਾਂ ਇਜਾਜ਼ਤ ਲੈਣੀ ਹੋਵੇਗੀ ਐਲਾਨ SGPC ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਵੱਲੋਂ ਕੀਤਾ ਗਿਆ ਸਾਡਾ ਮੇਨ ਮਕਸਦ ਇਹ ਹੈ ਕਿ ਗੁਰਬਾਣੀ ਦਾ ਜਿੰਨਾ ਵੱਧ ਤੋਂ ਵੱਧ ਆਦਰ ਸਤਿਕਾਰ ਕੀਤਾ ਜਾ ਸਕੇ ਉਹਨਾਂ ਥੋੜ੍ਹਾ ਉਸ ਆਦਰ ਸਤਿਕਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਔਰ ਛਪਾਈ ਦੇ ਵਿੱਚ ਇੱਕ ਸੁਰਤਾ ਲਿਆਉਣ ਲਈ ਹਾਂਜੀ ਔਰ ਉਹਦੇ ਸੰਬੰਧ ਵਿੱਚ ਕਿਸੇ ਕਿਸਮ ਦਾ ਵੀ ਕੋਈ ਵਿਵਾਦ ਨਾ ਰਹੇ ਉਹ ਸਾਰੀਆਂ ਗੱਲਾਂ ਦੇ ਮੱਦੇਨਜ਼ਰ ਅਸੀਂ ਚਾਹੁੰਦੇ ਹਾਂ ਉਹਦੀ ਛਪਾਈ ਵੀ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੀ ਕਰਨੀ ਚਾਹੀਦੀ ਜੇਕਰ ਕੋਈ ਬਾਹਰਲੇ ਸੰਸਥਾਵਾਂ ਕਰਦੀਆਂ ਨੇ ਤਾਂ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਉਹਦੀ ਜਿਹੜੀ ਦਿਖਾ ਲੈਣਾ ਚਾਹੀਦਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਟੀਮ ਹੈ ਜਿਹੜੇ ਉਹਨਾਂ ਤੋਂ ਤਸਦੀਕ ਕਰਵਾ ਲੈਣਾ ਚਾਹੀਦਾ